Habla. ਚਲੇ ਗਏ ਬੰਦਾ ਕਾਕੇ ਬੰਦੇ ਦੇ ਭੇਜਣ ਲੱਗੇ ਨਵਾਂ ਸੱਪ ਕੱਢਣਾ ਅੱਜ ਬੈਂਸ ਬੰਚ ਇੱਥੇ ਸਹੀ ਹੈ ਪੂਰਾ ਸਹੀ ਸੀ। ਸਤਿ ਸ਼੍ਰੀ ਅਕਾਲ ਦੋਸਤੋ, ਮੇਰਾ ਖਿਆਲ ਆ ਤੁਸੀਂ ਸਾਰਾ ਕੁਛ ਕਮੈਂਟਸ ਲਿਖ ਰਹੇ ਹੋ, ਦੇਖ ਵੀ ਰਹੇ। ਇੱਕ ਦੋਸਤ ਜਾ ਰਿਹਾ ਕਿਤੇ ਬੇਈਮਾਨ ਅਫਸਰ ਦੇ ਕੋਲੇ, ਮਾਤੜ ਗਰੀਬ ਵਿਚਾਰਾ, ਮਿਹਨਤ ਕਸ਼ ਜਿਹਦੀ 7-8 ਹਜ਼ਾਰ ਰੁਪਇਆ ਤਨਖਾਹ। ਤੁਸੀਂ ਦੇਖਿਓ ਇਹ ਕਿਵੇਂ ਲੁੱਟ ਰਹੇ ਲੋਕਾਂ ਨੂੰ, ਜਿਹੜੇ ਲੱਖਾਂ ਰੁਪਇਆ ਤਨਖਾਹ ਲੈਂਦੇ ਆ, ਲੱਖਾਂ ਰੁਪਇਆ ਤਨਖਾਹ ਲੈ ਕੇ ਵੀ ਸਰਕਾਰ 'ਚ ਵੱਡੀ ਨੌਕਰੀ ਲੈਣ ਤੋਂ ਬਾਅਦ ਵੀ ਇਹਨਾਂ ਦਾ ਢਿੱਡ ਨਹੀਂ ਭਰਦਾ, ਰੱਜਦੇ ਨਹੀਂ ਹੈਗੇ। ਇਹ ਤੁਹਾਨੂੰ ਦਿਖਾ ਰਹੇ ਹਾਂ ਹੁਣੇ, 2 ਮਿੰਟ ਤੁਸੀਂ ਵੇਟ ਕਰੋ। ਇਹ ਉਹੀ ਉਹੀ ਸਰਕਾਰ ਹੈਗੀ ਜਿਹੜੀ ਕਹਿੰਦੀ ਸੀ ਵੀ ਸਾਨੂੰ ਸੱਤਾ 'ਚ ਲਿਆਓ, ਅਸੀਂ 0% ਟੋਲਰੈਂਸ ਔਨ ਕਰਪਸ਼ਨ, ਮਤਲਬ ਭ੍ਰਿਸ਼ਟਾਚਾਰ ਮੁਕਤ ਪੰਜਾਬ ਦਿਆਂਗੇ। ਆ ਦੇਖਿਓ ਹੁਣ ਤੁਸੀਂ ਆ ਕਰਤੂਤ ਦੇਖਿਓ ਇਹਨਾਂ ਦੀ ਜਰਾ। ਇੱਕ ਇੱਕ ਥਾਣੇਦਾਰ ਹੈਗਾ ਜਿਹੜਾ ਇੱਕ ਨੌਜਵਾਨ ਦੋਸਤ, ਮੋਟਰਸਾਈਕਲ ਚੋਰੀ ਹੋ ਗਿਆ ਇਹਦਾ, ਮੋਟਰਸਾਈਕਲ ਚੋਰੀ ਹੋ ਗਿਆ 22 ਜਨਵਰੀ ਤੋਂ ਬਾਅਦ। ਮੈਂ ਪਹਿਲਾਂ ਬੈਂਕ ਗਿਆ, ਉਸ ਤੋਂ ਬਾਅਦ ਮਾਸੀ ਵੀ ਕਰ ਗਿਆ। ਪਤਾ ਮੈਨੂੰ ਦੋਨਾਂ ਦੇ ਘਰ ਪਤਾ, ਜਗੀਰਪੁਰ ਘਰ ਹੈ ਇੱਧਰ, ਮੈਨੂੰ ਪਤਾ ਘਰ ਦਾ। ਹਾਂਜੀ ਮੈਨੂੰ ਇਹੀ ਹੈ, ਮੇਰਾ ਮੋਟਰਸਾਈਕਲ ਵੀ ਮਿਲ ਜਾਵੇ ਨਾ। ਅੱਛਾ ਜੀ, ਠੀਕ ਉਹ ਤਾਂ ਪਤਾ ਜੀ। ਹਾਂਜੀ ਲਾਵਾ ਪੁੱਤ ਹੱਥਾਂ ਨੂੰ ਪੁੱਕ ਚੰਗੀ ਤਰ੍ਹਾਂ ਹੈ ਜੇਬ ਚ ਪਾ ਲੈ ਸਾਹਿਬ ਨੇ। ਹਾਂ ਹਾਂ ਜਾਓ ਨੀ ਆਰਾਮ ਨਾਲ ਗੱਲ ਕਰਨੀ ਆ।
ਆਰਾਮ ਨਾਲ ਜਨ ਕੀ ਗਿਆ ਜਾਂ ਜਬ ਕਰਕੇ ਆ ਗਿਆ ਵੀ ਤੇਰੀ 15 ਚ ਨਮੀ ਆ ਜਾਣੀ ਅੱਛਾ ਜੀ ਆਪ ਸੇ ਲੈ ਕੇ ਇਹਨੂੰ ਪੁੱਛ ਲੈ ਜੀ ਟੈਪ ਕਰ ਦੇਣਾ ਕਿ ਜਿਹੜੀ ਉਹ ਮੈਂ ਭੇਜ ਦਾਂਗਾ ਮੇਰੀ ਪੱਟੀ ਕੋ ਭੇਜ ਦਾਂਗਾ ਤੇਰੇ 15 ਮਿੰਟਾਂ ਚ ਪੱਟੀ ਦੇ ਕੋਲ ਜਾਣਾ ਹਾਂ ਤੁਸੀਂ ਦੱਸ ਦਿਓ ਵੀ ਮੈਂ ਚੱਲ ਜਾਵਾਂ ਦੱਸ ਦਿਖਾਉਣਾ ਉਹਨੂੰ ਜਾ ਕੇ ਦੇਈ ਗੱਲ ਕਰਾ ਦੇ ਅੱਛਾ ਜੀ ਮੈਂ ਉਹਨੂੰ ਐਪਲੀਕੇਸ਼ਨ ਟੈਪ ਕਰ ਦੇਣਾ ਅੱਛਾ ਜੀ ਨਾਲੇ ਅਪਲਾਈ ਕਰਕੇ ਤੇ ਨਾਲ ਲੈ ਕੇ ਜਾਊਗਾ ਠੀਕ ਹੈ ਤੁਹਾਡੇ ਨਾਲ ਆਪ ਹੀ ਮਿਲ ਜਾਣਾ ਦੋਸਤੋ ਦੇਖ ਰਹੇ ਹੋ ਤੁਸੀਂ ਥਾਣੇ ਦੇ ਅੰਦਰ ਬੈਠ ਕੇ ਕੀ ਹਾਲ ਕਰਪਸ਼ਨ ਦਾ ਸ਼ਰੇਆਮ ਪੈਸੇ ਲੈ ਲੈ ਕੇ ਆਪਣੀਆਂ ਜੇਬਾਂ 'ਚ ਪਾ ਰਹੇ ਆ ਥਾਣੇਦਾਰ ਆ ਮੁੰਡਾ ਉੱਧਰ ਨੂੰ ਕੈਮਰਾ ਘੁਮਾਊਗਾ ਇਹ ਥਾਣੇਦਾਰ ਤੇ ਨਾਲ ਦੀ ਨਾਲ ਇੱਕ ਪੁਲਿਸ ਦਾ ਹੈੱਡ ਕਾਂਸਟੇਬਲ ਇੱਕ ਗਰੀਬ ਬੰਦੇ ਕੋਲੋਂ ਮੋਟਰਸਾਈਕਲ ਚੋਰੀ ਹੋ ਗਿਆ ਉਹ ਕਿਸਮਤ ਆ ਸੀ ਮੋਟਰਸਾਈਕਲ ਲੱਭ ਗਿਆ ਮੋਟਰਸਾਈਕਲ ਲੱਭੇ ਹੋਏ ਦਾ 10,000 ਰੁਪਇਆ ਰਿਸ਼ਵਤ ਮੰਗਦੇ ਸੀ 5,000 ਰੁਪਈਏ 'ਚ ਰਿਸ਼ਵਤ ਤੈਅ ਹੋਈ ਥਾਣੇਦਾਰ ਨੂੰ ਤੁਸੀਂ ਪੈਸੇ ਦੇ ਦੇ ਭਾਈ ਤੂੰ ਗਰੀਬ ਆਦਮੀ ਆ ਹੁਣ ਤੂੰ ਪਾ ਲੈਣੇ ਆ ਸਾਰੇ ਸਾਡੇ ਕੋਲ ਹੈ ਹਾਂਜੀ ਨੰਬਰਾਂ ਦੀ ਲਿਸਟ ਹੈ ਸਾਡੇ ਕੋਲੇ ਬੋਲੋ ਜੀ ਨੰਬਰ ਦੋਸਤੋ ਦੇਖ ਰਹੇ ਹੋ ਹਾਲ ਦੇਖੋ ਪੰਜਾਬ ਭ੍ਰਿਸ਼ਟਾਚਾਰ ਮੁਕਤ ਕਰਨਾ ਸ਼ਰੇਆਮ ਗਰੀਬ ਬੰਦੇ ਨੂੰ ਲੁੱਟਦੇ ਕਿਸੇ ਦਾ ਪੁਲਿਸ ਕੰਮ ਨੀ ਕਰਦੀ ਪੁਲਿਸ ਚਿੱਟੇ ਵਾਲਿਆਂ ਕੋਲ ਮਹੀਨਾ ਹਫ਼ਤਾ ਵਸੂਲੀ ਕਰਦੀ ਆ ਲੋਕਾਂ ਨੂੰ ਲੁੱਟਦੀ ਆ ਸੜਕਾਂ ਤੇ ਖੜ ਕੇ ਚਾਲੂ ਕਰਾਉਣ ਦਾ ਮਕਸਦ ਨਹੀਂ ਸਿਰਫ ਲੋਕਾਂ ਦੀ ਜੇਬ ਚੋਂ ਪੈਸੇ ਕੱਢਣ ਦਾ ਮਤਲਬ ਆ ਤਰਾਈ ਤਰਾਈ ਹੋਈ ਪਈ ਆ ਚੌਂਕੀ ਥਾਣਾ ਕੋਈ ਸਰਕਾਰੀ ਦਫ਼ਤਰ ਪਰਿਵਾਰ ਖਾਨਾ ਬਿਜਲੀ ਬੋਰਡ ਦੇ ਦਫ਼ਤਰ ਸ਼ਰਮ ਆਉਣੀ ਚਾਹੀਦੀ ਆ ਸਰਕਾਰ ਦੀ ਜੇ ਉਹਨੇ ਦਿੱਤੇ ਉਹ ਕਹਿੰਦਾ ਮੈਂ ਜਮਾ ਕਰਾਉਣਾ ਕੋਰਟ ਦੇ ਵਿੱਚ ਤੁਸੀਂ ਰਬਤ ਮਾਰੀ ਹੋਈ ਤੁਸੀਂ ਮੋਟਰਸਾਈਕਲ ਚੋਰੀ ਹੋਇਆ ਉਹ ਮੋਟਰਸਾਈਕਲ ਆਪ ਲੱਭ ਕੇ ਲੈ ਗਿਆ ਉਹ ਆਪ ਲੱਭ ਕੇ ਲੱਗਿਆ ਤੁਸੀਂ 2000 ਰੁਪਏ ਕਿਹੜੀ ਚੀਜ਼ ਦਾ ਲੈ ਰਹੇ ਸਪੁਰਦ ਦੀ ਸਪੁਰਦਾਰੀ ਦਾ ਕੋਈ ਫਰਕ ਨਹੀਂ ਸਪੁਰਦਾਰੀ 2000 ਨਾ ਹੋਣੀ ਯਾਰ ਸਪੁਰਦਾਰੀ ਕੋਰਟ ਤੋਂ ਨਹੀਂ ਹੈ 2000 ਰੁਪਏ ਕੋਰਟ ਮੰਗਦੀ ਹੋ ਦੱਸੋ ਕੋਰਟ ਨੇ ਮੰਗਿਆ 2000 ਮੰਗਦੀ 2000 ਰੁਪਏ ਤਾਂ ਦੱਸੋ ਕੋਰਟ ਮੰਗਦੀ 2000 ਰੁਪਏ ਸਪੁਰਦਾਰੀ ਦੇ ਕਾਹਦੇ ਪੈਸੇ ਲੈ ਰਹੇ ਪਹਿਲਾਂ ਦੱਸੋ 5,000 ਰੁਪਏ ਗੱਲ ਕਰਾ ਯਾਰ ਬੜੀ ਮਾੜੀ ਗੱਲ ਹੈ ਇੱਕ ਬੰਦੇ ਦਾ ਕਮਿਟਮੈਂਟ ਸੁਣੋ ਮੇਰੀ ਗੱਲ 2010 ਮਾਡਲ ਮੋਟਰਸਾਈਕਲ ਚੋਰੀ ਹੋਇਆ ਮੇਰਾ ਖਿਆਲ 8-10,000 ਦਾ ਮੋਟਰਸਾਈਕਲ ਹੋਵੇਗਾ ਮੋਟਰਸਾਈਕਲ ਮੋਟਰਸਾਈਕਲ ਲੱਭ ਗਿਆ ਤੁਹਾਡਾ ਥਾਣੇਦਾਰ 10,000 ਰੁਪਇਆ ਉਹਦੇ ਕੋਲ ਰਿਸ਼ਵਤ ਮੰਗਦਾ 5,000 ਰੁਪਏ ਰਿਸ਼ਵਤ ਤੈਅ ਹੋਈ ਸਾਡੇ ਕੋਲ ਆਡੀਓ ਰਿਕਾਰਡਿੰਗ ਆ ਇਹਦੀ ਤਨਖਾਹ ਦੁਨੀਆ ਮੁੰਡੇ ਦੀ ਤਨਖਾਹ ਵਿਚਾਰੇ ਨੂੰ 7,000 ਰੁਪਇਆ ਕਰੋ ਯਾਰ ਆਪਾਂ ਨੂੰ ਐਡੀਆਂ ਤਨਖਾਹਾਂ ਮਿਲਦੀਆਂ ਨੇ ਕਿਰਪਾ ਹਾਈ ਨਹੀਂ ਆਉਂਦਾ ਕੰਮ ਦਿਖਾਉਣ ਦਾ ਨੂੰ ਉਹਨੇ ਤਾਂ ਪਤਾ ਹੀ ਹੋ ਜਾਂਦਾ ਸਰਕਾਰੀ ਨੂੰ
ਨਹੀਂ ਪਰ ਪੈਸੇ ਤੁਸੀਂ ਆ ਜਿਹੜੇ ਪੈਸੇ ਫੜਦੇ ਹੋ ਕਦੀ ਦੇ ਦਿਓ ਜੇਬ ਚੋਂ ਪੈਸੇ ਤੁਸੀਂ ਕੰਮ ਸੇ ਕੰਮ ਤੁਸੀਂ ਚਾਰ ਜੋ ਚੌਕੀ ਦੇ ਚੌਕੀ ਇੰਚਾਰਜ ਸਾਹਿਬ ਕੀ ਗੁੱਲ ਖਿਲ ਰਹੇ ਆ ਚੌਕੀ ਬੜੀ ਮਾੜੀ ਗੱਲ ਹੈ ਨਾ ਇਹਨਾਂ ਨੂੰ ਕਹੋ ਮਾਫ਼ੀ ਮੰਗਣੇ ਤੇ ਤੁਹਾਡੇ ਮੁਲਾਜ਼ਮ ਹੈਗੇ ਮੁੰਡੇ ਤੋਂ ਸੌਰੀ ਫੀਲ ਕਰਾਓ ਮਾਫ਼ੀ ਮੰਗੋ ਮੁੰਡੇ ਦੇ ਪੈਸੇ ਮੁੜੋ ਕਰਾਓ ਜਿਹੜਾ ਮੁੰਡੇ ਨਾਲ ਹੈਲੋ ਜਿਹੜੇ ਮੁਲਾਜ਼ਮਾਂ ਨੇ ਪੈਸੇ ਲਏ ਆ ਤੇ ਇਹਨੂੰ ਮਾਫ਼ੀ ਮੰਗ ਚੱਲ ਪੈਸੇ ਦਵਾਓ ਗਰੀਬ ਦੇ ਵਾਪਸ ਮਾਫ਼ੀ ਮੰਗਾਓ ਬਾਕੀ ਕਾਰਵਾਈ ਜਿਹੜੀ ਆ ਮੈਂ ਕੰਪਲੇਂਟ ਬਿਆਨ ਲਿਖਾਉਣਾ ਪੁਲਿਸ ਨੂੰ ਕਹਿੰਦਾ ਤੇ ਡੀਜੀਪੀ ਪੁਲਿਸ ਵਾਲੇ ਇਹਨਾਂ ਤੋਂ ਮਾਫ਼ੀ ਮੰਗਾ ਕੇ ਮੁੰਡੇ ਦੇ ਪੈਸੇ ਵਾਪਸ ਲੈ ਲਓ ਹਾਂਜੀ ਇਹਨੂੰ ਪੁੱਛੋ ਵੀ ਇਹਨੂੰ ਥਾਣੇਦਾਰ ਨੂੰ ਪੁੱਛੋ ਮੈਂ ਹੋਲਡ ਕੀਤਾ ਹੋਇਆ ਇਹਨੂੰ ਇਹਦੀ ਗਲਤੀ ਹੈਗੀ ਆ ਨਹੀਂ ਇਹਨਾਂ ਨੂੰ ਪੁੱਛੋ ਇਹ ਮੁੰਡੇ ਗਲਤੀ ਕਰਦੇ ਆ ਤੇਰੇ ਜਿਹੜੇ ਮੁਲਾਜ਼ਮ ਆ ਸ਼ਰਮ ਨੀ ਆਉਂਦੀ ਇਹਨਾਂ ਨੂੰ ਕੀ ਨਾਮ ਕੀ ਆ ਸੀਬੀਆ ਸਾਹਿਬ ਇਹਦਾ ਇਹਦਾ ਨਾਮ ਕੀ ਆ ਕਮਿਸ਼ਨਰ ਨੂੰ ਕਹਿੰਦਾ ਇਹਦਾ ਬਿਆਨ ਲਿਖਾਓ ਤੇ ਇਹਨਾਂ ਨੂੰ FIR ਕਰਵਾਈ ਜਿਹੜੇ ਨੀ ਹੈਗੇ ਇਹ ਇੱਥੇ ਮਾਫ਼ੀ ਮੰਗਾ ਲਓ ਤਾਂ ਕਿ ਲੋਕਾਂ ਨੂੰ ਪਤਾ ਲੱਗ ਜਾਵੇ ਵੀ ਇਹ ਕਿੱਥੇ ਕੰਮ ਕਰਦੇ ਆ ਪਹਿਲੀ ਰਿਕਾਰਡਿੰਗ ਵੀ ਹੈਗੀ ਹੈਲੋ ਜਿਹਦੇ ਚ ਸੌਦਾ ਚੁੱਕਿਆ ਗਿਆ ਉਹਦੀ ਰਿਕਾਰਡਿੰਗ ਹੈ ਕੱਚਾ ਕੰਮ ਨਹੀਂ ਹੈਗਾ ਜਿਹਦੇ ਚ ਸੌਦਾ ਚੁੱਕਿਆ ਇਹਨਾਂ ਨੇ ਉਹ ਵੀ ਰਿਕਾਰਡਿੰਗ ਸਾਡੇ ਕੋਲ ਹੈ ਹੁਣ ਤਿੰਨ ਫੋਨ ਗਏ ਆ ਆਧਾ ਫਟਾਫਟ ਲੈ ਕੇ ਪੈਸੇ ਉਹ ਵੀ ਇਹਨੇ ਨਹੀਂ ਕੀਤਾ ਫੋਨ ਭਾਈ ਸਾਹਿਬ ਕਰ ਰਹੇ ਫੋਨ ਜਲਦੀ ਆਜਾ ਪੈਸੇ ਲੈ ਕੇ ਉਹ ਵੀ ਰਿਕਾਰਡਿੰਗ ਹੈਗੀ ਸਾਡੇ ਇਹਨਾਂ ਨੇ 2000 ਰੁਪਇਆ ਫੜ ਲਿਆ 3000 ਰੁਪਇਆ ਅੰਦਰ ਦੇ ਗਿਆ ਲਿਖਾਓ ਜੀ ਤੇਰੇ ਦੋਸਤੋ ਚੌਂਕੀ DMC ਹਸਪਤਾਲ ਦੀ ਚੌਂਕੀ ਆ ਪੰਜਾਬ ਦਾ ਕੋਈ ਥਾਣਾ ਕੋਈ ਚੌਂਕੀ ਕੋਈ ਪਟਵਾਰਖਾਨਾ ਕੋਈ ਤਹਿਸੀਲ ਕੋਈ ਬਿਜਲੀ ਬੋਰਡ ਦਾ ਦਫ਼ਤਰ ਕੋਈ ਏਦਾਂ ਦਾ ਹੈਗਾ ਜਿਹੜਾ ਤੁਹਾਡਾ ਕੰਮ ਰਿਸ਼ਵਤ ਤੋਂ ਕਰਦਾ ਹੋਵੇ ਇਹ ਜਦੋਂ ਵੋਟਾਂ ਆਉਣੀਆਂ ਤੇ ਇਹ ਤਾਲੂ ਨੂੰ ਲਾ ਲਾ ਕੇ ਸਪੀਚ ਕਰਦੇ ਆਪਣੇ ਕੌਣ ਵੋਟ ਪੱਤਰਾਂ ਚ ਲਿਖਦੇ 0% ਕਰਪਸ਼ਨ ਕਰਪਸ਼ਨ ਮੁਕਤ ਸਮਾਜ ਕਰਪਸ਼ਨ ਫ੍ਰੀ ਪੰਜਾਬ ਇਸੇ ਤਰੀਕੇ ਜਿਹੜੀ ਪੁਲਿਸ ਦੀ ਚਿੱਟੀ ਵਰਦੀ ਹੈਗੀ ਆ ਨਾ ਟ੍ਰੈਫਿਕ ਵਾਲੇ
ਟ੍ਰੈਫਿਕ ਵਾਲੇ ਇੰਨਾ ਰੁਕਿਆ ਲੋਕ ਆ, ਉਹਨਾਂ ਦਾ ਟ੍ਰੈਫਿਕ ਵਾਲੇ ਪਾਸੇ ਕੋਈ ਧਿਆਨ ਨਹੀਂ ਗਾ, ਜਾਮ ਖਲਾਉਣ ਵਾਲੇ ਪਾਸੇ ਕੋਈ ਧਿਆਨ ਨਹੀਂ ਗਾ, ਚੋਰਾਂ ਵਾਂਗੂ ਲੋਕੇ ਖੜ ਜਾਂਦੇ ਆ, ਸਿਰਫ ਕਿਸੇ ਦੇ ਸੀਟ ਬੈਲਟ ਨੀ ਪਾਈ, ਜਾਮ ਨੀ ਖਲਾਉਣਾ, ਸੀਟ ਬੈਲਟ ਨੀ ਪਾਈ ਤੇ ਜਦੋਂ ਹੀ ਫੜ ਲੈਣਗੇ ਲਿਆ 1000 ਲਿਆ 1500 ਇੱਡੀ ਗੁੰਡਾ ਕਰਤੀ ਪੰਜਾਬ ਦੇ ਅੰਦਰ। ਇਹ ਪੁਲਿਸ ਟ੍ਰੈਫਿਕ ਪੁਲਿਸ ਸਰਕਾਰੀ ਮੁਲਾਜ਼ਮਤ ਬੇਲਗਾਮ ਹੋਈ ਹੋਈ ਬੇਈਮਾਨ ਜਿਹੜੀ ਕਰਪਟ ਹੈਗੀ ਆ, ਤੇ ਅੱਜ ਆ ਦੇਖੋ ਤੁਸੀਂ ਮੁੰਡੇ ਦਾ ਚੋਰ ਵੱਡਾ ਪੁਲਿਸ ਚੋਰ ਵੱਡੀ ਆ, ਹੈਲੋ ਮਤਲਬ ਚੋਰ ਵੱਧ ਨਿੰਦਣ ਯੋਗ ਜਾਂ ਪੁਲਿਸ ਵੱਧ ਨਿੰਦਣ, ਹੈਲੋ ਚੋਰ ਨੇ ਤਾਂ ਆਪਣਾ ਮਾੜਾ ਮੋਟਾ ਕੰਮ ਕੀਤਾ, ਸਿੜਤਾ ਮੋਟਰਸਾਈਕਲ ਕਿਤੇ, ਤੇ ਪੁਲਿਸ ਉਦੋਂ ਵੱਡੀ ਆ, ਉਦੋਂ ਵੱਡੀ ਚੋਰ ਹੋ ਗਈ ਜਿਹੜੀ ਪੁਰਾਣਾ ਮੋਟਰਸਾਈਕਲ ਦੇਣ ਦਾ 10,000 ਰੁਪਇਆ ਰਿਸ਼ਵਤ ਮੰਗ ਰਹੀ ਆ। ਹਾਂ ਹਾਂ ਹੈਲੋ ਸਤਿ ਸ਼੍ਰੀ ਅਕਾਲ ਸਰ ਜੀ, ਹੈਲੋ 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 ਹਾਂ ਛੋਟੇ ਸਤਿ ਸ਼੍ਰੀ ਅਕਾਲ ਜੀ, ਤਨਖਾਹ ਕਿੰਨੀ ਆ ਤੁਹਾਡੀ, ਤਨਖਾਹ ਕਿੰਨੀ ਆ? 40,000 ਮਿਲਦੇ ਕੱਟ ਕਟਾ ਕੇ ਜੀ, ਕੱਟ ਕਟਾ ਕੇ 40,000। ਹਾਂਜੀ ਸਰ, 40,000 ਨਾ ਸਬਰ ਨੀ ਗਾ, ਕਿੱਡੀ ਵੱਡੀ ਤਨਖਾਹ ਆ ਗਲਤੀ ਨੀ ਕਰੀ ਦੀ ਹੁੰਦੀ, ਮੁੰਡੇ ਦੀ ਤਨਖਾਹ ਕਿੰਨੀ ਆ? ਸਿਰਫ 7,000 ਰੁਪਇਆ। ਮੋਟਰਸਾਈਕਲ ਮਿਲ ਗਿਆ, ਮੇਰਾ ਖਿਆਲ 8,000-9,000 ਤੋਂ ਵੱਧ ਮੋਟਰਸਾਈਕਲ ਨੀ, ਤੁਸੀਂ 10,000 ਮੋਟਰਸਾਈਕਲ ਛੱਡਣ ਦਾ ਮੰਗੀ ਜਾਂਦੇ ਹੋ। ਮਲਕੀਤ ਸਿੰਘ, ਤੁਸੀਂ ਰਲ ਕੇ ਦਿਨ ਚ ਇਹੀ ਕੰਮ ਕਰਦੇ ਹੋ, ਕੋਈ ਲੋਕਾਂ ਦੀ ਸੇਵਾ ਭਾਵਨਾ ਵੀ ਹੈਗੀ ਆ ਜਾਂ? ਚਲੋ ਸੋਰੀ ਸਰ, ਮੈਂ ਗਲਤੀ ਮੰਨਦਾ ਵੀ ਇਹ ਗਲਤੀ, ਤੇ ਪਰ ਆਪਾਂ ਕਰਾਓ ਮੁੰਡੇ ਨਾਲ ਗੱਲ ਜਰਾ। ਹਾਂਜੀ ਬੇਟਾ, ਮਨੀ ਨਾਲ ਗੱਲ, ਸੀਬੀਆਈ ਜੀ ਨਾਲ ਗੱਲ ਕਰਾ ਦੇ ਮੇਰੀ। ਥਾਣੇਦਾਰ ਮਲਕੀਤ ਸਿੰਘ ਆ, ਇਹ ਮੈਨੂੰ ਉਹਨੇ ਕਿਹਾ ਸੀ, ਇਹ ਆਡੀਓ ਨਾਲ ਕਲਿੱਪ ਬਣਾ ਕੇ ਦਿਓ, ਆ ਕੇ ਇਹਦਾ ਬਿਆਨ ਲਿਖਾਈਏ ਤੇ ਇਹਨਾਂ ਨੂੰ ਚਲਦੇ ਕਰਾਈਏ, FIR ਦਰਜ ਕਰਾਉਣੇ ਆ, ਆਜੋ ਲੈ ਆਓ ਪੈਸੇ ਸਾਰਾ ਸਮਾਨ, ਬੰਨ ਲਓ ਪ੍ਰੈਸ ਇਕੱਠੀ ਕਰਕੇ, ਆਜੋ ਭਾਜੀ ਸਟੇਟਮੈਂਟ ਇਹ। ਸੋ ਦੋਸਤੋ, ਆ ਆ ਹਾਲਾਤ ਆ, ਤੁਹਾਨੂੰ ਲਾਈਵ ਦਿਖਾਇਆ ਚੌਂਕੀ ਥਾਣਿਆਂ ਦੇ ਅੰਦਰ, ਬਿਨਾਂ ਪੈਸੇ ਤੋਂ ਗੱਲ ਹੀ ਕੋਈ ਨੀ ਹੈਗੀ। ਕਿਸੇ ਸਰਕਾਰੀ ਦਫ਼ਤਰ ਦੇ ਅੰਦਰ ਚਲੇ ਜਾਓਗੇ, ਹਰ ਸਰਕਾਰੀ ਦਫ਼ਤਰ ਦੇ ਅੰਦਰ ਰਿਸ਼ਵਤਖੋਰੀ ਦਾ ਬੋਲਬਾਲਾ, ਜਲੀਲ ਕਰ ਕਰਕੇ ਲੋਕਾਂ ਨੂੰ ਲੁੱਟਦੇ ਆ, ਪਹਿਲਾਂ ਜਲੀਲ ਕਰਦੇ ਆ ਫਿਰ ਲੁੱਟਦੇ ਆ, ਬੰਦਾ ਬੇਬਸ ਹੋਇਆ ਕਰੇ ਕੀ, ਬੇਬਸ ਹੋਇਆ ਫਿਰ ਉਹ ਆਪਣੀ ਵਿਚਾਰਾ ਕਿਰਤ ਕਮਾਈ ਦੇ ਵਿੱਚੋਂ ਦਸਾਂ ਨੌਵਾਂ ਦੀ ਜਿਹੜੀ ਖੂਨ ਪਸੀਨੇ ਦੀ ਮਿਹਨਤ ਦੀ ਕਮਾਈ ਉਹਦੇ ਚ ਇਹਨਾਂ ਦੀ ਜੇਬ ਭਰਦਾ, ਆ ਸ਼ਰਮ ਨੀ ਆਉਂਦੀ? ਦੇਖ ਲਓ, ਮੈਨੂੰ ਕਹਿ ਕੇ ਸਾਡਾ ਕਹਿੰਦਾ ਜੀ ਕੱਟ ਕਟਾ ਕੇ 40,000 ਰੁਪਇਆ ਤਨਖਾਹ ਮਿਲਦੀ ਹੈ, ਨਾਲ ਕੌਣ ਆ? ਨਾਲ ਹੈਗਾ ਜੀ ਮੇਰੇ ਥਾਣੇਦਾਰ ਮਲਕੀਤ ਸਿੰਘ। ਏਡੂ ਵੱਡਾ ਕੋਈ ਹੋ ਸਕਦਾ ਚੌਂਕੀ ਆ ਦਯਾਨੰਦ ਹੋਸਪਿਟਲ ਦੀ, ਥਾਣਾ ਡਿਵੀਜ਼ਨ ਨੰਬਰ 8
ਤੇ ਚੌਂਕੀ ਲਿਖਿਆ ਪੁਲਿਸ ਡੀਐਮਸੀ ਚੌਂਕੀ। ਸ਼ਰਮਨਾਕ ਦੀ ਚੀਜ਼ ਹੈ ਨੀ ਤੇ ਹੈਰਾਨਗੀ ਆਉਂਦੀ ਆ ਜਿਹੜੀਆਂ ਸਮੇਂ ਦੀਆਂ ਸਰਕਾਰਾਂ ਨੇ ਜਾਂ ਸਰਕਾਰਾਂ ਦੇ ਨੁਮਾਇੰਦੇ ਆ ਕਿ ਉਹਨਾਂ ਨੂੰ ਨੀ ਇਹ ਸਾਰਾ ਕੁਛ ਦਿਖਦਾ। ਇਹ ਕੱਲਾ ਤੁਹਾਨੂੰ ਤੇ ਦੋਸਤੋ ਮੈਨੂੰ ਫਿਕਰ ਆ। ਅਫਸੋਸ ਆ ਦੋਸਤੋ ਇਸ ਗੱਲ ਦਾ ਕਿ ਅੱਜ ਸੱਤਾਧਾਰੀ ਲੋਕ ਤੇ ਬੇਈਮਾਨ ਅਫਸਰ ਆਪਸ ਦੇ ਵਿੱਚ ਰਲੇ ਹੋਏ ਆ, ਰਲ ਕੇ ਸਮਾਜ ਨੂੰ ਤੇ ਲੋਕਾਂ ਨੂੰ ਲੁੱਟਣ ਦਾ ਕੰਮ ਕਰ ਰਹੇ ਆ। ਤੇ ਦੋਸਤੋ ਮੈਂ ਸ਼ੁਕਰੀਆ ਅਦਾ ਕਰਦਾ ਇਸ ਨੌਜਵਾਨ ਦੋਸਤ ਦਾ, ਨਾਮ ਹੈਗਾ ਇਹਦਾ ਮਨਪ੍ਰੀਤ। ਮਨਪ੍ਰੀਤ ਨੇ ਬੜੀ ਜੁਰਤ ਦਿਖਾਈ ਆ, ਜਿਹੜਾ ਸਾਡੀ ਟੀਮ ਕੋਲੇ ਸਰਦਾਰ ਰਣਧੀਰ ਸਿੰਘ ਸੀਬੀਆ ਸਾਹਿਬ ਕੋਲੇ ਡਾਕਟਰ ਬਾਲੀ ਜੀ ਹੋਰਾਂ ਕੋਲੇ ਗਿਆ ਤੇ ਅਸੀਂ ਸਵੇਰੇ, ਮੈਂ ਤਾਂ ਅੱਜ ਸਮਰਾਲੇ ਮੀਟਿੰਗਾਂ ਸੀਗੀਆਂ, ਮੈਂ ਸਮਰਾਲੇ ਆ ਤੇ ਮੈਂ ਇਹਨਾਂ ਨੂੰ ਤਿਆਰ ਕਰਕੇ ਭੇਜਿਆ ਵੀ ਜਾਓ। ਸੋ ਤੁਹਾਨੂੰ ਵੀ ਮੇਰੀ ਪੰਜਾਬ ਦੇ ਲੋਕੋ ਅਪੀਲ ਹੈਗੀ ਆ, ਬੇਨਤੀ ਆ, ਇਹਨਾਂ ਨੂੰ ਪੈਸੇ ਨਾ ਦਿਓ। ਇਹਨਾਂ ਦਾ ਚਿਹਰਾ ਸਮਾਜ ਦੇ ਵਿੱਚ ਬੇਨਕਾਬ ਕਰਕੇ ਇਹਨਾਂ ਨੂੰ ਬੇਇੱਜ਼ਤ ਕਰੀਏ, ਸਮਾਜ ਦੇ ਅੰਦਰ ਜਿਹੜੇ ਬੇਈਮਾਨ ਲੋਕ ਉਹਨਾਂ ਦਾ ਐਕਸਪੋਜ਼ ਕਰੀਏ। ਚਿਹਰਾ ਬੇਨਕਾਬ ਹੋਏਗਾ, ਕੱਲ ਨੂੰ ਇਹ ਸਮਾਜ ਦੇ ਅੰਦਰ ਜਾਣਗੇ, ਪਤਾ ਲੱਗਿਆ ਕਾਰਵਾਈ ਵੀ ਕਰਾਵਾਂਗੇ। ਇਹ ਨੀ ਹੈਗਾ ਕਿ ਅਸੀਂ ਛੱਡ ਦੇਣੇ ਆ, ਇਹ ਛੱਡਣੇ ਨੀ ਹੈਗੇ। ਆ ਮੁੰਡਾ ਮਨਪ੍ਰੀਤ, ਇਹਦਾ ਬਿਆਨ ਸਟੇਟਮੈਂਟ ਲਿਖਾ ਕੇ ਪੁਲਿਸ ਨੂੰ ਦੇਵਾਂਗੇ। ਡੀਜੀਪੀ ਦੇ ਨਾਲ ਹੁਣੇ ਗੱਲ ਕਰੂੰਗਾ, ਸੀਪੀ ਦੇ ਨਾਲ ਵੀ ਕਰੂੰਗਾ ਗੱਲ, ਤਾਂ ਜੋ ਇਹਨਾਂ ਦੇ ਵਿਰੁੱਧ ਜਿਹੜੇ ਲੋਕਾਂ ਦੇ ਉੱਤੇ ਝੂਠੇ ਮੁਕੱਦਮੇ ਦਿੰਦੇ, ਇਹਨਾਂ ਦੇ ਉੱਤੇ ਸੱਚਾ ਮੁਕੱਦਮਾ ਦਵਾਵਾਂਗੇ ਤੇ ਇਹਨਾਂ ਨੂੰ ਅਦਾਲਤ ਦੇ ਕਟਹਿਰੇ ਦੇ ਵਿੱਚ ਖੜ ਕੇ ਠੋਕ ਕੇ ਬਿਆਨ ਦੇ ਕੇ ਤੇ ਸਜਾਵਾਂ ਕਰਾਵਾਂਗੇ। ਸੋ ਮੇਰੀ ਸਾਰੇ ਪੰਜਾਬ ਦੇ ਲੋਕਾਂ ਨੂੰ ਅਪੀਲ ਆ ਕਿ ਭ੍ਰਿਸ਼ਟਾਚਾਰ ਦੇ ਵਿਰੁੱਧ ਜਾਗਰੂਕ ਹੋ ਕੇ ਰਹੋ। ਜਿੱਥੇ ਇਹ ਕੋਈ ਭ੍ਰਿਸ਼ਟਾਚਾਰੀ ਤੰਗ ਪਰੇਸ਼ਾਨ ਕਰਦਾ, ਕਿਰਪਾ ਕਰਕੇ ਸਾਡੇ ਕਿਸੇ ਮੈਂਬਰ ਦੇ ਨਾਲ ਤੁਸੀਂ ਸੰਪਰਕ ਕਰ ਲਿਓ। ਭ੍ਰਿਸ਼ਟਾਚਾਰ ਖਿਲਾਫ ਮੁਹਿੰਮ ਦੇ ਵਿੱਚ ਲੋਕ ਇਨਸਾਫ਼ ਪਾਰਟੀ ਦਾ ਦੋਸਤੋ ਸਾਥ ਦਿਓ, ਜੇ ਪੰਜਾਬ ਦੇ ਵਿੱਚੋਂ ਮਾਫੀਆ ਤੇ ਭ੍ਰਿਸ਼ਟਾਚਾਰ ਖਤਮ ਕਰਨਾ ਚਾਹੁੰਦੇ ਹੋ। ਬਹੁਤ ਬਹੁਤ ਤੁਹਾਡਾ ਧੰਨਵਾਦ, ਥੈਂਕ ਯੂ ਵੈਰੀ ਮੱਚ। ਹੁਣ ਅਗਲੀ ਕਾਰਵਾਈ ਜਿਹੜੀ ਆ ਇਹ ਸੀਬੀਆਈ ਜੀ ਸਾਰੇ ਜਾ ਕੇ ਕਰਾਉਣਗੇ, ਵਾਪਸ ਆ ਕੇ ਮਿਲਦੇ ਆ ਸਾਰਿਆਂ ਨੂੰ।